ਕਿ ਸਾਨੂੰ ਜੋ ਲੱਗਦਾ ਕਿ ਮੈਂ ਸੋਚਦਾ, ਜਿਹੜੀ ਸੋਚ ਮੈਨੂੰ ਆ ਰਹੀ ਹੈ ਉਹ ਮੈਂ ਦੇ ਅੰਦਰੋਂ ਨਹੀਂ ਆ ਰਹੀ। ਗੁਰਬਾਣੀ ਬਾਕੀ ਦੁਨੀਆ ਦੇ ਧਰਮ ਸ਼ਾਸਤਰ ਕਹਿੰਦੇ ਨੇ ਕਿ ਬੰਦੇ ਦੇ ਅੰਦਰੋਂ ਜੇ ਕੁਛ ਆਏਗਾ, ਜੇ ਧੁਰ ਅੰਦਰੋਂ ਆਏਗਾ ਤਾਂ ਇੱਕੋ ਚੀਜ਼ ਆਊਗੀ। ਕੀ ਆਊ ਧੁਰ ਅੰਦਰੋਂ? ਸਾਡੇ ਰੱਬ ਦਾ ਨਾਂ। ਹੋਰ ਬੰਦੇ ਦੇ ਧੁਰ ਅੰਦਰ ਰੱਬ ਨੇ ਪਾ ਕੇ ਕੁਛ ਭੇਜਿਆ ਨਹੀਂ ਹੈ। ਜੋ ਬਾਣੀ ਕਹਿੰਦੀ ਹੈ ਕਿ ਰੋਜ਼ ਆਪਣਾ ਦਿਲ ਨੂੰ ਖੋਜੋ ਕਿ ਮਨ 'ਚ ਸਭ ਕੁਛ ਹੈ, ਇਹ ਮਨ ਕਰਮਾ, ਇਹ ਮਨ ਧਰਮਾ, ਠੀਕ ਹੈ, ਮਨ ਤੂੰ ਜੋਤ ਸਰੂਪ। ਜੇ ਸਾਡੇ ਅੰਦਰੋਂ ਕੁਝ ਆਉਂਦਾ ਹੋਵੇ ਤਾਂ ਉਹ ਇੱਕੋ ਹੀ ਆਉਣੀ ਹੈ, ਜਿੱਦੇ ਵੀ ਆਉਣੀ ਹੈ ਉਹ ਰੱਬ ਦਾ ਨਾਂ ਆਉਣਾ। ਬਾਕੀ ਜੋ ਲੱਗਦਾ ਕਿ ਮੇਰੀ ਸੋਚ ਹੈ, ਮੈਂ ਸੋਚਦਾ, ਮਤ ਇਹ ਸੋਚਿਓ ਕਿ ਮੈਂ ਸੋਚਦਾ, ਉਹ ਸੋਚ ਕਿਸੇ ਹੋਰ ਨੇ ਸਾਡੇ ਅੰਦਰ ਪਾਈ ਹੈ, ਜਾਗਦਿਆਂ ਦੇ, ਸੁੱਤਿਆਂ ਦੇ, ਬੇਧਿਆਨਿਆਂ ਦੇ।